ਵਧੇ ਅਗਲੀ ਖਬਰ ਵੱਲ ਬੇਰੋਜ਼ਗਾਰ ਲਾਈਨਮੈਨਾਂ ਵੱਲੋਂ ਰੋਜ਼ਗਾਰ ਪ੍ਰਾਪਤ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਨੂੰ ਅੱਜ ਹੋਰ ਤੇਜ਼ ਕਰਦਿਆਂ ਰੂਪਨਗਰ ਜੇਲ੍ਹ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੇਲ੍ਹਾਂ ਵਿੱਚ ਬੰਦ ਬੇਰੋਜ਼ਗਾਰ ਲਾਈਨਮੈਨਾਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਪਏ ਉਹਨਾਂ ਦੇ ਪੁੱਤਰਾਂ ਨਾਲ ਮਿਲਣ ਦਿੱਤਾ ਜਾਏ। ਜ਼ਿਕਰਯੋਗ ਹੈ ਕਿ 17 ਜੂਨ ਨੂੰ ਬੇਰੋਜ਼ਗਾਰ ਲਾਈਨਮੈਨ ਜੋ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਸਨ, ਉਹਨਾਂ ਨੂੰ ਪੁਲਿਸ ਵੱਲ ਜ਼ਬਰਦਸਤੀ ਚੁੱਕ ਕੇ ਪੰਜਾਬ ਦੀਆਂ 4 ਜੇਲ੍ਹਾਂ ਰੂਪਨਗਰ, ਪਟਿਆਲਾ, ਨਾਭਾ ਅਤੇ ਸੰਗਰੂਰ ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੀ ਗਿਣਤੀ 169 ਦੇ ਕਰੀਬ ਹੈ। ਇਹਨਾਂ ਵਿੱਚ 11 ਔਰਤਾਂ ਅਤੇ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੇਰੋਜ਼ਗਾਰ ਲਾਈਨਮੈਨ ਮਰਨ ਵਰਤ ਤੇ ਬੈਠੇ ਨੇ। ਇਸ ਦੌਰਾਨ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ 4000 ਬੇਰੋਜ਼ਗਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੀ, ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਤੇ 27 ਮਈ ਤੋਂ ਹੀ ਸਾਡੇ ਰਜਿੰਦਰ ਕੁਮਾਰ ਜੀ ਗੁਰਦਾਸਪੁਰ ਨੇ ਮਰਨ ਵਰਤ ਬਿਜਲੀ ਬੋਰਡ ਦਫ਼ਤਰ ਮੋਹਰੇ ਰੱਖਿਆ ਸੀ, ਜਿਨ੍ਹਾਂ ਦਾ ਅੱਜ ਮਰਨ ਵਰਤ ਚੱਲਦਾ ਹੋਇਆ 23ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਅਤੇ ਇਹ ਜਦੋਂ 17 ਜੂਨ ਨੂੰ ਸਵੇਰ ਨੂੰ 4 ਵਜੇ ਪੰਜਾਬ ਪੁਲਿਸ ਪਟਿਆਲਾ ਅਤੇ ਪ੍ਰਸ਼ਾਸਨ ਪਟਿਆਲੇ ਨੇ ਸਾਡੇ ਉੱਤੇ ਜੋ ਜ਼ੁਲਮ ਢਾਏ ਹੈ ਉਹਨਾਂ ਨੇ ਸੁੱਤਿਆਂ ਪਿਆਂ ਨੂੰ ਸਾਨੂੰ ਚੱਕ ਕੇ 4 ਬੱਸਾਂ ਦੇ ਵਿੱਚ ਭਰ ਕੇ ਅਲੱਗ ਅਲੱਗ ਥਾਣਿਆਂ ਦੇ ਵਿੱਚ ਜਿਹੜੇ ਬੰਦ ਕਰ ਦਿੱਤੇ ਆ। ਅਤੇ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਸਾਡੀ ਜਲਦੀ ਤੋਂ ਜਲਦੀ ਮੈਰਿਟ ਸੂਚੀ ਜਾਰੀ ਕਰਕੇ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਅਤੇ ਜਿਹੜੇ ਸਾਡੇ ਸਾਥੀ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਅਤੇ ਜਿਹੜਾ ਸਾਡਾ ਸਮਾਨ ਪੰਜਾਬ ਪੁਲਿਸ ਪਟਿਆਲਾ ਨੇ ਪ੍ਰਸ਼ਾਸਨ ਨੇ ਆਪਣੇ ਕੋਲ ਜ਼ਬਤ ਕੀਤਾ ਹੋਇਆ, ਸਾਡੇ ਬੈਗ ਹੈ, ਸਾਡੇ ਮੋਬਾਈਲ ਹੈ, ਪਰਸ ਹੈ, ਉਹ ਸਾਡੇ ਸਾਨੂੰ ਵਾਪਸ ਕੀਤੇ ਜਾਣ। ਮੇਰਾ ਲੜਕਾ ਜਗਤਾਰ ਸਿੰਘ ਰੋਪੜ ਜੇਲ੍ਹ ਵਿੱਚ ਹੈ। ਇਹਨਾਂ ਨੇ 2 ਦਿਨ ਹੋ ਗਏ ਮੈਂ ਇੱਥੇ ਆਇਆ, ਮੈਨੂੰ ਮਿਲਣ ਨਹੀਂ ਦਿੱਤਾ। ਅਤੇ ਕਹਿ ਦਿੰਦੇ ਕਦੀ ਕੋਈ ਦਿਨ ਆਓ, ਕਦੀ ਕਿਸੇ ਦਿਨ ਆਓ, ਕਦੀ ਜੇ ਆਓ, ਅਸੀਂ ਇੰਨੇ ਪੜ੍ਹੇ ਲਿਖੇ ਹੈ ਨਹੀਂ ਅਤੇ ਸਾਨੂੰ ਜਾਣ ਕੇ ਖਰਾਬ ਕਰਦੇ ਆ। ਅਸੀਂ ਕੱਲ੍ਹ ਦੇ ਚੱਲੇ ਹੋਏ ਹਾਂ ਅਤੇ ਸਾਨੂੰ ਇੱਥੇ ਜਦੋਂ ਪਹੁੰਚੇ ਹਾਂ ਸਾਨੂੰ ਪ੍ਰਸ਼ਾਸਨ ਨੇ ਇਹ ਕਹਿ ਕੇ ਮੋੜ ਦਿੱਤਾ ਵੀ ਅੱਜ ਤੁਹਾਡੇ ਸਾਥੀਆਂ ਦੀ ਮੁਲਾਕਾਤ ਨਹੀਂ ਹੋਏਗੀ, ਕੱਲ੍ਹ ਨੂੰ ਆਇਓ ਜਾਂ ਪਰਸੋਂ ਨੂੰ ਜਾਂ ਸੋਮਵਾਰ ਨੂੰ। ਅਤੇ ਅਸੀਂ 300 ਕਿਲੋਮੀਟਰ 'ਤੇ ਆ ਕੇ ਇੱਥੇ ਕਿੱਥੇ ਰਹਿਣ ਦਾ ਸਾਡਾ ਕੋਈ ਇੰਤਜ਼ਾਮ ਨਹੀਂ, ਸਾਡਾ ਕੋਈ ਇੱਥੇ ਰਿਸ਼ਤੇਦਾਰ ਨਹੀਂ ਜਿਹਦੇ ਘਰ ਰਹਿ ਸਕੀਏ, ਸਾਨੂੰ ਬਹੁਤ ਜ਼ਿਆਦਾ ਪ੍ਰਸ਼ਾਸਨ ਇੱਥੇ ਖੱਜਲ ਖੁਆਰ ਕਰ ਰਿਹਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।